ਲੋ ਜੀ ਜੀ ਇੱਕ ਸਾਲ ਦੀ ਬੁਕਿੰਗ ਤੋਂ ਬਾਅਦ ਗੱਡੀ ਮਿਲ ਰਹੀ ਹੈ ਆਪਾਂ ਨੂੰ ਸਾਗਰ ਦੀ ਬਾਡੀ ਕੱਟ ਲੋਗੇ ਗੇਟ ਵਿੱਚ ਦੀ ਆ ਗਿਆ ਆ ਗਿਆ ਆ ਗਿਆ ਆਪਾਂ ਤੂੰ ਬਹਿ ਜਾ कल शॉपिंग सेंटर से जा उधर लिया देखो जी देखो डील मार ली ਨਵਾਂ ਰੇਟ ਪ੍ਰਿੰਟ ਆ ਹੋ ਕੇ ਆਉਣ ਲੱਗ ਗਿਆ ਹੁਣ 624 ਪਹਿਲਾਂ 500 550 ਸੀਗਾ 624 ਦੀ ਆਪਾਂ ਨੂੰ ਕਿੰਨੇ ਦੀ ਪਈ 200 64 ਓ ਮਾਈ ਗॉड ਵਾਟ ਅ ਡੀਲ ਵਾਟ ਅ ਡੀਲ ਇਹ ਵੀ ਮੇਡ ਇਨ ਇੰਡੀਆ ਡੀਐਫਓ ਚ 50% ਤੇ ਲੱਗੀ ਸੀ ਹੁਣ ਉਹਨਾਂ ਨੇ ਉਹ ਵੀ ਚੱਕਤੀ ਪਤਾ ਹੈ ਨਹੀਂ ਸੀ ਇਹ ਹੁਣ ਨਵੇਂ ਪ੍ਰਿੰਟ ਤੇ ਆਉਣ ਲੱਗੀ ਉਹ ਕਿਚ ਪਾ ਪਨੀਰ ਨਵੀਂ ਉਹ ਚ ਕੀ ਰੱਖਿਆ ਹੋਇਆ ਮਾਈਕ ਕੀ ਜਵਾਬ ਸਿਰਾ ਲਾਉਂਦੇ ਨੇ ਬਈ ਨਵੀਂ ਨੇ ਕੀ ਕਰਤਾ ਰਸਗੁੱਲਾ ਸਵਾਦ ਆ ਨਹੀਂ ਫਿਰ ਤੁਸੀਂ ਪੁੱਛਿਆ ਕਿਉਂ ਵੀ ਸਵਾਦ ਆ ਮੈਂ ਤਾਂ ਰਸਗੁੱਲਾ ਉਹ ਵੀ ਨਹੀਂ ਖਾਂਦਾ ਮੈਂ ਖਾਣ ਦਿੰਦਾ ਤੇ ਤੁਸੀਂ ਪੁੱਛਿਆ ਕਿਉਂ ਮੈਂ ਬੇਸਰ ਦਾ ਲੱਡੂ ਖਾਸਾ ਸਵਾਦ ਨਹੀਂ ਖਾਣ ਤੋਂ ਪਰ ਮੈਂ ਖਾਉਂਗਾ ਨਾ ਮੈਂ ਨਾ ਕੋਲ ਵੀ ਲੱਗਣ ਦਿੰਦਾ ਜੀ ਮੈਂ ਖਾਂਦਾ ਹੀ ਛੋੜਾ ਮੈਂ ਰੱਖੀ ਨਾ ਨਾ ਲੱਲੋ ਜੀ ਜੀ ਇਹ ਜਾਣ ਕੇ ਖੋਲਦਾ ਕਿਹੜੇ ਵੀ ਲਾਇਆ ₹2000 ਦਾ ਨੂਣ ਖਾ ਕੇ ਮਰਾਂਗੇ ਵੀਰੇ ਕਦੋਂ ਕਦੋਂ ਯੂਜ ਕਰਨਾ ਹੈ ਰੋਜ਼ ਯੂਜ ਕਰ ਸਕਦੇ ਖਾਣਾ ਚ ਰੋਜ਼ ਇੱਕ ਚੁਟਕੀ ਸੀ ਸਾਲਟ ਸੀ ਸਾਲਟ ਤੇ ਸਾਰੇ ਸੀ ਸਾਲਟ ਹੁੰਦੇ ਆ ਨਹੀਂ ਨਹੀਂ ਦੂਜਾ ਨਹੀਂ ਇਹ ਦੋ ਪਰ ਇਹ ਸਪੈਸ਼ਲ ਆ ਯਾਰ ਇਹ ਚ ਕੀ ਸਪੈਸ਼ਲ ਆ ਕਹਿ ਦੋ ਯਾਰ ਅਗਲੇ ਨੇ ਇੰਨੀ ਮਿਹਨਤ ਕਰਕੇ ਲੱਭ ਕੇ ਲਿਆਏ ਨੇ ਪਤਾ ਕਿੰਨੇ ਮਿਨਰਲ ਹੁੰਦੇ ਆ 84 ਤੇ ਬਾਕੀ ਨਮਕਾਂ ਚ ਦੋ ਸੀ ਉਹ ਜੋੜ ਤਰ ਦੇ ਵੱਲੋਂ ਜਿਵੇਂ ਕਿ 100 ਜੋੜਤਾ ਸੀ 82 ਹੁੰਦੇ ਆ 82 ਹੁੰਦੇ ਆ 84 ਸੀ ਲਜੀਤ ਚੁੱਬੇ ਆ ਜਿਹੜੇ ਦੂਜੇ ਬਾਕੀ ਚ ਤਾਂ ਹੁੰਦੇ ਨਹੀਂ ਬਾਕੀ ਦਾ ਟੇਸਟ ਹੀ ਹੁੰਦਾ ਕੱਲਾ ਇਹ ਰੋਜ਼ ਸਬਜ਼ੀ ਚ ਪਾਇਆ ਕਰਾਂਗੇ ਫਿਰ ਸਬਜ਼ੀ ਚ ਨਹੀਂ ਫਿਰ ਤਾਂ ਦਿਹਾੜੀਆਂ ਸਬਜ਼ੀ ਤੇ ਲੱਗਿਆ ਕਰਨਗੇ ਸਬਜ਼ੀ ਵਾਲਾ ਕੰਮ ਨਹੀਂ ਗਾ ਤੁਸੀਂ ਸਾਈਡ ਵਿੱਚ ਖਾਣੇ ਲੈ ਕੇ ਜੀ ਤੁਸੀਂ ਉਹ ਦੂਜੇ ਲੋਟ ਖਾ ਦੇਦੇ ਤੂੰ ਕੀ ਬਣਾਏਗਾ ਮੈਂ ਤਾਂ ਜੀ ਦੂਜਾ ਬਣਾਉਣਾ ਮਤਲਬ ਕਿ ਉਹ ਚ ਟੋਸਟ ਕਰ ਦਿੰਦੇ ਕਿ ਤੁਸੀਂ ਉਹ ਚ ਟੋਸਟ ਕਰ ਦਿੰਦੇ ਉੱਜ ਗਏ ਐ ਬ੍ਰੈਡ ਦੋ ਸਵਾਲ ਕਿਵੇਂ ਲੱਗਣਗੇ ਸਵਾਲ ਕਿਵੇਂ ਲੱਗਣਗੇ ਦੋਹੇ ਪਾਸੇ ਸਵਾਲ ਲੱਗਣਗੇ ਕਿਹੜੇ ਬ੍ਰੈਡ ਨੇ ਇਹ ਹੋਵੇਗਾ ਕਿ ਦੇਖੋ ਦੂਜੀ ਵਾਰ ਮੈਂ ਦੂਜੂ ਦੇਖੂਗੀ ਸਾਵਣ ਡੋ ਲੋ ਜੀ ਗਾਇਸ ਅੱਜ ਆਪਾਂ ਗਏ ਟੋਇਟਾ ਵਾਲਿਆਂ ਦੇ ਆਪਾਂ ਨੂੰ ਅੱਜ ਨਵੀਂ ਗੱਡੀ ਮਿਲਣੀ ਹੈ ਤੇ ਜੱਸਾ ਹੀ ਚਲਾ ਰਹੇ ਨੇ ਟੈਸਲਾ ਜੱਸਾ ਜੀ ਨੂੰ ਸਾਵਣੀ ਆ ਰਿਹਾ ਗੱਡੀ ਦਾ ਅੱਜ ਮੇਰੇ ਵਾਲੇ ਹਿਸਾਬ ਚ ਨਹੀਂ ਆ ਰਹੀ ਮੈਂ ਤਾਂ ਇੰਨ
ਸਟਾਰ ਕਿੰਨੇ ਟਾਈਮ ਬਾਅਦ ਮਿਲ ਰਹੀ ਆਪਾਂ ਨੂੰ ਗੱਡੀ ਇਹ 1 ਸਾਲ ਦੀ ਬੁਕਿੰਗ ਤੋਂ ਬਾਅਦ ਗੱਡੀ ਮਿਲ ਰਹੀ ਆ ਆਪਾਂ ਨੂੰ। ਲਓ ਜੀ ਗਾਇਸ, ਉਹ ਕਹਿੰਦੇ ਸਾਨੂੰ ਥੋੜਾ ਟਾਈਮ ਲੱਗੂਗਾ, ਤੁਸੀਂ ਇਹਨੇ ਵੇਟ ਕਰ ਲਓ। ਇਹਨੇ ਸੋਫੇ ਤੇ ਬਹਿ ਕੇ ਵੇਟ ਕਰਦੇ ਆਂ ਸੀ। ਆਹ ਕਿੰਨੀ ਘੈਂਟ ਲੱਗਦੀ ਹੈ ਯਾਰ, ਬਲੈਕ ਕਲਰ ਚ ਜੇ ਜਮੀ ਬਲੈਕ ਹੋਵੇ ਫਿਰ ਅੱਧੂ ਵੀ ਸਿਰਾ ਲੱਗੇ। ਲਓ ਜੀ ਗਾਇਸ, ਆ ਗਈ ਗੱਡੀ ਨਵੀਂ ਕੈਮਰੀ ਸਾਲ ਦੀ ਬੁਕਿੰਗ ਤੋਂ ਬਾਅਦ। ਇਹਦਾ ਰੰਗ ਉਹ ਆ ਨਾ ਥੋੜਾ ਪਰਲਿਸ਼ ਵਾਈਟ ਆ। ਜੱਸਾ ਲੈ ਕੇ ਆਉਂਦਾ ਗੱਡੀ, ਅਸੀਂ ਚੱਲਦੇ ਆ ਘਰੇ। ਚੰਗੇ ਜੱਸੇ, ਮਿਲਦੇ ਆ ਘਰੇ। ਓਕੇ ਸਰ, ਬਾਏ ਬਾਏ। ਚਾਬੀ ਉਹਦੇ ਕੋਲ ਹੀ ਹੋਣੀ, ਮੇਰੇ ਕੋਲ ਥੋੜੀ ਆ। ਆਉਂਦੇ ਆਉਂਦੇ ਸਾਨੂੰ ਲੱਗ ਗਈ ਭੁੱਖ ਤੇ ਅਸੀਂ ਰੁਕੇ ਸਟਾਰਬਕਸ ਤੇ ਪੀਨੇ ਆ ਕਾਫੀ। ਕਿਤੇ ਵੀ ਜਾਈਏ ਅੰਦਰ ਨੂੰ ਸਟਾਰਬਕਸ ਬਸ ਦਿਸਣਾ ਚਾਹੀਦਾ। ਤੇ ਆਪਾਂ ਨਹੀਂ ਸਕਦੇ, ਟੱਪ ਨਹੀਂ ਸਕਦੇ। ਜਿਨੀ ਜਦੋਂ ਵੀ ਉਰੇ ਆਉਂਦੀ ਹੈ ਨਾ, ਚੀਜ਼ਾਂ ਜ਼ਰੂਰ ਦੇਖਦੀ ਹੈ। ਕੋਸਟਕੋ ਚ ਨਾ 50 ਦਾ ਐਡਾ ਵੱਡਾ ਆ ਜਾਂਦਾ ਬੰਦੇ ਜਿੱਡਾ। ਮੈਨੂੰ ਪਤਾ ਸੀ ਤੁਸੀਂ ਇਹੀ ਕਹੋਗੇ। ਬਈ ਮੈਂ ਨਾ ਇੰਦਰ ਨੂੰ ਇੱਕ ਵਾਰੀ ਨਾ ਐਵਰੀਥਿੰਗ ਬੇਗਲ ਟਰਾਈ ਕਰਵਾਇਆ, ਬਈ ਉਦੋਂ ਦਾ ਇੰਦਰ ਨੂੰ ਛੱਡਿਆ ਹੀ ਨਹੀਂ ਇਹ। ਰੋਜ਼ ਜਦੋਂ ਵੀ ਆਉਂਦੇ ਸਟਾਰਬਕਸ ਇਹ ਜ਼ਰੂਰ ਖਾਂਦੇ ਆ। ਯਾਰ ਬੜਾ ਘੈਂਟਾ ਸੀਰੀਅਸਲੀ। ਇਸ ਤੋਂ ਪਹਿਲਾਂ ਸੀਗਾ ਕੋਕੋਨਟ ਬ੍ਰੈਡ, ਇਹ ਤਾਂ ਚੱਲਦਾ ਹੀ ਆ ਸਾਡਾ ਸਟੇਪਲ ਨਾਲ। ਤੇ ਐਵਰੀਥਿੰਗ ਬੇਗਲ ਤਾਂ ਹਰ ਵਾਰੀ ਇੰਦਰ ਦਾ ਹੁਣ ਪੱਕਾ ਹੀ ਹੋ ਗਿਆ, ਐਡ ਅਪ ਹੋ ਗਿਆ। ਵਧੀਆ ਲੱਗਦਾ, ਬੜਾ ਵਧੀਆ ਲੱਗਦਾ ਸੀਰੀਅਸਲੀ। ਮੈਂ ਤਾਂ ਪਹਿਲਾਂ ਪਤਾ ਹੀ ਨਹੀਂ ਹੁੰਦਾ ਸੀ ਵੀ ਇਹ ਵੀ ਕੋਈ ਚੀਜ਼ ਹੁੰਦੀ ਆ। ਮੈਂ ਤਾਂ ਪੁੱਛਿਆ ਮੈਂ ਕੁਛ ਖਾਣਾ, ਕਹਿੰਦੀ ਨਹੀਂ ਮੈਨੂੰ ਭੁੱਖ ਨਹੀਂ ਹੈਗੀ। ਮੈਂ ਉਦਾਂ ਹੀ ਇੱਕ ਕੋਕੋਨਟ ਬ੍ਰੈਡ ਆਪਣੇ ਲਈ ਆਰਡਰ ਕਰਤਾ, ਅੱਧਾ ਖਾ ਗਈ ਬੈਠੀ ਬੈਠੀ। ਸਾਡੀ ਵਾਈਫ ਦਾ ਜਨਮ ਸਿੱਧ ਅਧਿਕਾਰ ਆ ਤੁਹਾਡੇ ਖਾਣੇ ਤੇ ਕਬਜ਼ਾ ਕਰਨਾ। ਲਓ ਜੀ, ਜਸਕੀਰ ਸਿੰਘ ਹੁਣੀ ਪਹੁੰਚ ਗਏ ਪਹਿਲਾਂ ਸਾਡੇ ਤੋਂ। ਅਸੀਂ ਰਸਤੇ 'ਚ ਕੈਫੇ 'ਤੇ ਰੁਕ ਗਏ ਸੀਗੇ ਅਤੇ ਹੁਣੀ ਪਹੁੰਚੇ ਹਾਂ ਘਰੇ ਆਪਾਂ। ਅਸੀਂ ਨੇ ਰੀਅਲ ਟੀਵੀ ਲਿਆਉਂਦਾ ਗਏ ਸੀ ਅਤੇ ਇੰਡੀਅਨ ਚੈਨਲ ਵਗੈਰਾ ਅਤੇ ਇੰਡੀਅਨ ਮੂਵੀਜ਼ ਵਗੈਰਾ ਸਾਰੀਆਂ ਆ ਜਾਂਦੀਆਂ ਨੇ। ਅਤੇ ਇਹ ਸਾਨੂੰ ਮਿਲਿਆ 400 ਦਾ, 2 ਸਾਲ ਦੀ ਸਬਸਕ੍ਰਿਪਸ਼ਨ। 400 ਦਾ ਸਾਨੂੰ ਕਨੈਕਸ਼ਨ ਹੀ ਚੜੀਆਂ 400 ਕਹਿ ਕੇ। ਹਾਂ ਬਸ ਐਂ ਹਾਂ, ਬਸ ਲਾ ਦਿਓ ਟੀਵੀ 'ਤੇ ਲੱਗ ਜੂਗਾ। ਜਸਕੀਰ ਤਾਂ ਰਹਿ ਗਿਆ ਉੱਥੇ, ਉਹ ਕਹਿੰਦੇ 400। ਮੈਂ 400 ਤਾਂ ਹੈ ਨਹੀਂ, ਮੈਂ ਬੰਦਾ ਰੱਖ ਲਓ। ਆਲ ਹੋ ਗਿਆ, ਬੱਲੇ ਲਾ ਦੇ ਮੂੰਹ ਕੀ ਲਾਵਾਂ, ਕਰ ਮੂਰਤ ਕੁਛ ਮਰਜ਼ੀ ਲਾ ਲਾ। ਸਟਾਰ ਪਲੱਸ ਹੈ ਠੋਕੀ ਹੈ, ਸਾਰਾ ਕੁਛ ਲਾ ਕੇ ਦੇਖ ਲਾ। ਸਟਾਰ ਪਰਿਵਾਰ ਦੱਬ ਦੇ ਨਹੀਂ ਬਈ ਜੀ, ਦੱਬ ਦੇ। ਜਿਸ ਤਰ੍ਹਾਂ ਮੈਨੂੰ ਕਹਿੰਦਾ ਕਹਿੰਦਾ 250 ਦਾ ਮਿਲਦਾ ਇਹ। ਨਹੀਂ 150 ਦਾ ਕਹਿੰਦੇ, 150 ਦਾ ਮੈਂ 250 ਦਾ ਕਹਿੰਦਾ ਸੀ। ਮੈਂ ਕਿਹਾ ਉਹ ਉਦੋਂ ਦੀ ਗੱਲ ਆ ਜਦੋਂ ਮੈਂ ਆਇਆ ਸੀ 2014 ਚ, 10 ਸਾਲ ਪਹਿਲਾਂ ਦੀ ਗੱਲ ਆ। ਆਸਟ੍ਰੇਲੀਆ 400 ਵੀ ਸਸਤਾ ਤਾਂ ਕਹਿੰਦਾ, ਤੂੰ ਸਾਲ ਦਾ ਹੀ ਲਿਆਉਣਾ। ਕਿੰਨੇ ਦਾ? 400 ਦਾ ਸਸਤਾ, 2 ਸਾਲਾਂ ਦਾ। 2 ਸਾਲਾਂ ਦਾ ਉਹ ਵੀ 2 ਸਾਲਾਂ ਵਾਲੀ ਹੋਣਾ, ਆਪਾਂ ਮੈਨੂੰ ਸਹੀ ਨਹੀਂ ਦੱਸਿਆ ਉਹਨੇ। ਲਾਓ ਵੀਰੇ, ਲਾਓ ਲਾਓ ਅਸ ਤਾਂ ਬੈਠ ਕੇ ਕੰਮ ਕੰਮ ਬਾ ਗਿਆ ਚੱਲਣ ਦੇ ਕੰਮ ਕੰਮ ਬਾ ਗਿਆ ਕੰਮ ਕੰਮ ਬਾ ਗਿਆ। ਲਾਓ ਬਈ ਚੱਲ ਪਿਆ ਚੱਲ ਪਿਆ ਵੀ ਉਹ ਇੱਕ ਸਮਤਾ ਸਟਾਰ ਪਲੱਸ ਸੋਨੀ ਟੀਵੀ ਇਹ ਤੱਕ ਚੱਲਦਾ ਹੈ। ਇਹ ਰਿਸ਼ਤਾ ਇਹਦਾ ਐਚਡੀ ਤੇ ਤਾਂ ਨਵੇਂ ਆਉਂਦੇ ਨਹੀਂ, ਆ ਸੀਰੀਅਲ ਤਾਂ ਪੁਰਾਣਾ ਨਾ ਪੁਰਾਣਾ ਹੈ। ਹਾਂ ਇਹ ਨਵਾਂ ਆਇਆ, ਜਿਹੜਾ ਨਵਾਂ ਆਇਆ ਸੀ ਇਹ ਰਿਸ਼ਤਾ ਨਾਇਰਾ ਕਾਰਤਿਕਾ, ਇਹ ਨਵਾਂ ਹੈ। ਹਾਂ ਤੁਹਾਨੂੰ ਬੜਾ ਪਤਾ, ਉਹਦਾ ਨਾਮ ਸੀ ਜੇ ਰਿਸ਼ਤਾ ਕਲਾ ਕਲਾ ਹੱਤਾ ਹੈ। ਇਹ ਰਿਸ਼ਤਾ ਕਿਆ ਕਹਿਲਾਤਾ ਹੈ। ਅੱਛਾ ਇਹ ਨਵਾਂ ਹੈ ਵੀਰੇ। ਕੀ ਰਿਵਿਊ ਲੱਗਿਆ ਬਾਈ ਤੁਹਾਡਾ ਰੀਅਲ ਟੀਵੀ ਦਾ? ਪਤਾ ਹੀ ਲੱਗ ਰਿਹਾ, ਕਲੈਰਿਟੀ ਜੀ ਇੰਨੀ ਨਹੀਂ ਹੈਗੀ ਜਿਵੇਂ ਇਹਨਾਂ ਨੇ ਲਿਖ ਰੱਖਿਆ, UHD ਵਗੈਰਾ ਸਾਰਾ ਕੁਛ 8K। ਹੁਣ ਇਹ ਪਸੰਦ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਇਹਨੂੰ ਪਸੰਦ ਆ ਨਹੀਂ ਰਿਹਾ। ਸਾਡੀ ਨਾਈਟ ਰੂਟੀਨ ਆਹੀ ਹੋ ਗਈ, ਚੀਲਾ। ਹਾਂ ਹਰੇਕ ਦੂਸਰੇ ਤੀਸਰੇ ਦਿਨ ਅਸੀਂ ਚੀਲੇ ਬਣਾਉਣੇ। ਹੁਣ ਵਧੀਆ ਟੇਸਟੀ ਹੁੰਦਾ, ਬਸ ਦੁਪਹਿਰੇ ਖਾਣਾ ਚਾਹੀਦਾ, ਰਾਤ ਨੂੰ ਨਹੀਂ ਖਾਣਾ ਚਾਹੀਦਾ। ਆਪਣੇ ਵਾਲੇ ਪੁੱਠੇ ਨੇ, ਸ਼ਿਕਾਰਾ ਥੋੜਾ ਨੇੜੇ ਨੇੜੇ ਘੁਮਾਉਂਦੀ ਆ ਮੋਟਰ ਬੋਟ ਆ ਜਿਹੜੀ, ਇਹ ਕਹਿੰਦੇ 25 ਕਿਲੋਮੀਟਰ ਦੀ ਰਾਈਡ ਦਵਾਵਾਂਗੇ ਤੇ ਇਹਦੇ 'ਚ ਤੁਹਾਨੂੰ ਸਾਈਟ ਸੀਨ ਨੇ ਜਿਹੜੀਆਂ ਸਾਰੀਆਂ ਕਰਾਵਾਂਗੇ। ਤੇ ਵਧੀਆ ਮਾਹੌਲ ਆ, ਰਾਤ ਅਸੀਂ ਦੇਖਿਆ ਸੀ, ਰਾਤ ਦਾ ਐਕਸਪੀਰੀਅੰਸ ਕਰਿਆ ਤੇ ਹੁਣ ਅਸੀਂ ਦਿਨ ਦਾ ਕਰਾਂਗੇ। ਸ਼ੈਲੀ ਉਹ ਸਾਗਰ ਦੀ ਬੋਡੀ ਕੱਢ ਲੂਗੀ ਗੇਟ ਵਿੱਚ ਦੀ, ਕੱਢ ਲੂਗੀ ਚੱਲ ਬਈ ਚੱਲ।
ਡੋਬਦੀ ਕਿਤੇ ਰੀਲ ਪਾਉਣ ਜੋਗੇ ਬਣਾ ਰਹੀ ਆਪਾਂ ਗੇਟ ਵਿੱਚ ਦੀ ਕੱਟਣਾ ਪੱਕੀ ਡਰਾਈਵਰ ਹੈ ਬਹਿਜਾ ਕਰਦੀ ਹੋਏ ਉਹਨੂੰ ਕੱਢਤੀ ਗੇਟ ਵਿੱਚ ਦੀ ਦੇਖੋ ਸੂਈ ਦੇ ਨੱਕੇ ਥਾਈ ਦੇ ਕੱਢਤੀ ਕੁੜੀ ਨੇ ਕਿਸ਼ਤੀ ਬਈ ਆਹ ਸੀਗਾ ਬਈ ਜਹਾਂਗੀਰ ਗੇਟ ਤੇ ਉਹ ਅਸੀਂ ਪਾਰ ਕਰ ਲਿਆ ਅਨੂ ਦੀ ਕਿਰਪਾ ਨਾਲ ਆਹ ਲਾਈਵ ਜੈਕਟਾਂ ਵੀ ਨੀ ਦਿੰਦੇ ਬਾਈ ਇਹ ਕੰਮ ਗਲਤ ਹੈ ਇਹਨਾਂ ਦਾ ਲਾਈਵ ਜੈਕਟ ਤਾਂ ਦੇਣੀ ਹਾਂ ਲਾਈਵ ਜੈਕਟਾਂ ਦੇਣੀਆਂ ਚਾਹੀਦੀਆਂ ਨੇ ਕਬ ਹੋਤਾ ਯਹਾਂ ਪਰ ਫੁੱਲ ਜੂਨ ਜੁਲਾਈ ਚ ਬਾਈ ਇੱਥੇ ਫੁੱਲੇ ਫੁੱਲ ਹੁੰਦੇ ਨੇ ਕਹਿੰਦੇ ਪਰ ਹੈ ਨੀ ਇਹਨੇ ਸਾਨੂੰ ਦੱਸਤਾ ਸੀਗਾ ਪਹਿਲਾਂ ਹੀ ਕਿ ਬਾਈ ਹੁਣ ਇੱਥੇ ਫੁੱਲ ਨਹੀਂ ਹੋਣਗੇ ਸਾਨੂੰ ਇੱਕ ਫੁੱਲ ਦਿਖਿਆ ਉਹ ਬਾਈ ਨੇ ਜਦੀ ਰੋਕਤੀ ਗੱਡੀ ਕਹਿੰਦਾ ਦੇਖੋ ਜੀ ਫੁੱਲ ਦੇਖੋ ਇਹ ਵੀ ਆਪਣੇ ਨਾਲ ਦਾ ਸ਼ੌਂਕ ਹੈ ਜਦੀ ਬ੍ਰੇਕਾਂ ਡੋਕੀਆਂ ਨੇ ਸਹੀ ਗੱਲ ਹੈ ਵੀ ਨਾ ਡੁੱਬ ਗਿਆ ਆਹ ਫੁੱਲ ਹੈ ਜੀ ਪੀਰਾ ਕਹਿੰਦਾ ਇੱਧਰ ਵੈਜੀਟੇਬਲ ਮਾਰਕੀਟ ਹੈ ਆਪਦੀ ਆਪਦੇ ਪਲਾਟ ਨੇ ਇਹਨਾਂ ਦੇ ਲੋਕਾਂ ਦੇ ਤੇ ਉੱਥੇ ਸਬਜ਼ੀਆਂ ਉਗਾਉਂਦੇ ਨੇ ਤੇ ਸਬਜ਼ੀਆਂ ਪਾਣੀ 'ਚ ਉੱਗਦੀਆਂ ਨੇ ਉੱਪਰ ਮਤਲਬ ਹੁੰਦੀ ਹੈ ਗੰਦਲ ਜੀ ਉਹਦੇ 'ਚ ਉੱਗਦੀਆਂ ਨੇ ਤੇ ਕਹਿੰਦੇ ਆਪਦੀ ਆਪਦੀ ਜਗ੍ਹਾ ਤੇ ਛੋਟੀਆਂ ਛੋਟੀਆਂ ਕਿਸ਼ਤੀਆਂ ਇਹਨਾਂ ਦੇ ਜਿਹਨਾਂ 'ਤੇ ਲੈ ਕੇ ਜਾਂਦੇ ਨੇ ਤੇ ਆਹ ਜਿਵੇਂ ਕਿਸ਼ਤੀਆਂ ਨੇ ਕਿ ਇਹਨਾਂ ਤੋਂ ਦੂਰ ਦੀ ਲਿਖਾਉਣਾ ਹੁੰਦਾ ਇਹਨਾਂ ਨੇ ਹੌਲੀ ਕਰਕੇ ਨਹੀਂ ਤਾਂ ਛੱਲਾਂ ਨੇ ਜਿਹੜੀਆਂ ਦੂਜੇ ਤੰਗ ਕਰਦੀਆਂ ਨੇ ਜੋ ਵੀ ਕਿਸ਼ਤੀ ਚਲਾਉਂਦਾ ਬੰਦਾ ਉੱਧਰ ਹਾਊਸ ਬੋਟਸ ਵਗੈਰਾ ਸ਼ੁਰੂ ਹੋ ਗਿਆ ਜੀ ਫਿਰ ਇਹ ਕਹਿੰਦੇ ਵੀ ਜਿਹੜੀਆਂ ਸਾਡੀਆਂ ਕਿਸ਼ਤੀਆਂ ਨੇ ਇਹ GPS ਤੇ ਟਰੈਕ ਹੁੰਦੀਆਂ ਰਹਿੰਦੀਆਂ ਨੇ ਵੀ ਜਦੀ ਸਾਡੇ ਕੋਲ ਬੰਦੇ ਆ ਜਾਣਗੇ ਜੇ ਕੁਛ ਹੁੰਦਾ ਤਾਂ ਕਿਸੇ ਨੂੰ ਰਾਤ ਉਹਦੇ ਕੁਛ ਕੰਮ ਹੋਰ ਲੱਗਦਾ ਸੀ ਦਿਨ 'ਚ ਕੁਛ ਹੋਰ ਲੱਗਦਾ ਦਿਨ ਦਾ ਆਪਦਾ ਨਜ਼ਾਰਾ ਤੇ ਰਾਤ ਦਾ ਆਪਦਾ ਆਹ ਦੇਖੋ ਹੈਂ ਲੋਟਸ ਉੱਗਦਾ ਜਾਂ ਫਿਰ ਕੀਲੇ ਵਾਲੇ ਲੋਟਸ ਉੱਗਦੇ ਨੇ ਕਹਿੰਦੇ ਬਾਈ ਉਰੇ ਕਿਉਂਕਿ ਉਰੇ 'ਚ ਕਾਈ ਉੱਗੀ ਪਈ ਹੈ ਤੁਸੀਂ ਦੇਖ ਸਕਦੇ ਹੋ ਬੀਬੀਆਂ ਵੀ ਪੂਰੀ ਡਰਾਈਵਰੀ ਜਾਣਦੀਆਂ ਨੇ ਇਕੱਲੀਆਂ ਬੇਬੀਆਂ ਭਜਾਈ ਫਿਰਦੀਆਂ ਨੇ ਅੰਦਰ ਬਾਪੂ ਨਹੀਂ ਭਜਾਈ ਫਿਰਦੇ ਨੇ ਇਕੱਲੇ ਇਕੱਲੇ ਕਿਸ਼ਤੀਆਂ ਜਿਵੇਂ ਆਪਾਂ ਪੈਦਲ ਜਾਣਾ ਹੁੰਦਾ ਜਾਂ ਸਾਈਕਲ 'ਤੇ ਇਹ ਤਾਂ ਸਾਈਕਲਾਂ ਵਾਂਗੂ ਲਈ ਫਿਰਦੇ ਨੇ ਪਤੰਦਰ ਉਰੇ ਕਿਸ਼ਤੀਆਂ ਕਾਵਾ ਨਹੀਂ ਪੀਏਗਾ ਯਾਰ ਕਾਵਾ ਉਹ ਰਾਤ ਪੀਆ ਤਾਂ ਅੱਛਾ ਨਹੀਂ ਥਾ ਯਾਰ ਨਹੀਂ 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 ਫਿਰ ਸਰਦੀ ਜ਼ੁਕਾਮ ਤਾਂ ਹੈ ਨਹੀਂ ਫਿਰ ਨਹੀਂ ਰਾਤ ਕੀਆ ਤਾਂ ਟਰਾਈ ਆਪਣੇ ਨਹੀਂ 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 ਥੈਂਕ ਯੂ ਥੈਂਕ ਯੂ ਆਹ ਦੇਖੋ ਜੀ ਆਰਟ ਗੈਲਰੀਆਂ ਬਣੀਆਂ ਹੋਈਆਂ ਇਸਦੇ ਪਿੱਛੇ ਰਾਤ ਦਾ ਨਜ਼ਾਰਾ ਅਲੱਗ ਸੀਗਾ ਦਿਨ ਦਾ ਅਲੱਗ ਹੈ ਬਾਈ ਰੇਸਾਂ ਵਾਲੀਆਂ ਮਾਰਦਾ ਯਾਰ ਇੱਕ ਤਾਂ ਇਹ ਡਰਾਉਂਦਾ ਬਹੁਤ ਆ ਬੰਦਾ ਬਾਈ ਜੱਗੀ ਟੇਲਰ ਉਰੀ ਵੀ ਪਿੱਛੇ ਨੇ ਕੱਪੜੇ ਕੁੱਪੜੇ ਸਿਉਂਦੇ ਨੇ ਇੱਥੇ ਤਾਂ ਬਾਜ਼ਾਰ ਹੈ ਪਿੱਛੇ ਵਸਿਆ ਹੋਇਆ ਪਾਣੀ ਦੇ ਆਹ ਘਰ ਆ ਗਏ ਉਹਨਾਂ ਦੇ ਬਾਈ ਗਲੀਆਂ ਕਲੋਨੀਆਂ ਆਹ ਬਾਈ ਹੁਣੀ ਨਾ ਯਾਰ ਚੌੜਾ ਵੀ ਕਰਦੇ ਨੇ ਜਦੋਂ ਕੋਈ ਬੋਟ ਵਾਲਾ ਇਹਨਾਂ ਦਾ ਯਾਰ ਮਿੱਤਰ ਲੰਘਦਾ ਤਾਂ ਫਿਰ ਹਲਕੇ ਫੁਲਕੇ ਰੇਸਾਂ ਮਾਰਦੇ ਨੇ ਜਿਵੇਂ ਆਮ ਆਪਣੇ ਚੋਬਰ ਕਰਦੇ ਹੁੰਦੇ ਨੇ ਸ਼ਰਾਰਤਾਂ ਕਰਦੇ ਨੇ ਇਹ ਜਿੱਦਾਂ ਕਿ ਛੱਲ ਜੀ ਮਰਵਾ ਦਿੰਦੇ ਨੇ ਕਿਸ਼ਤੀ ਨੂੰ ਇਹ ਜਾਣ ਕੇ ਆਹ ਖੜੀਆਂ ਨੇ ਮੋਟਰ ਬੋਟਾਂ ਬਈ ਸਾਰੀਆਂ ਕੈਫੇਟੇਰੀਆ ਵਗੈਰਾ ਬਣੇ ਹੋਏ ਜੀ ਲੇਕ ਦੇ ਵਿੱਚ ਹੀ ਆਹ ਵੀਰੇ ਉਰੇ ਫਿਸ਼ਿੰਗ ਕਰਨ ਲੱਗੇ ਹੋਏ ਨੇ ਜੀ ਉਰੇ ਆਹ ਸਟਿੱਕ ਜੀ ਆ ਇੱਕ ਮਿੰਟ 'ਚ ਜੀ ਐਂ ਫਸਾ ਲੈਂਦੇ ਨੇ ਮੱਛੀ ਕੀ ਅਣੂ ਤਾਂ ਕਸ਼ਮੀਰ ਨੂੰ ਬਣੀ ਖੜੀ ਹੈ ਘੜਾ ਚੱਕੀ ਫਿਰਦੀ ਅਣੂ ਤਾਂ ਇਸਪਾਇਰ ਕੋ ਐਸੀ ਕਰੋ ਇਸਪਾਇਰ ਇਸਪਾਇਰ ਦੇਖੋ ਬਾਈ ਇੱਥੇ ਮਿਲ ਜਾਂਦੇ ਆਪਾਂ ਨੂੰ ਲੇਕ ਦੇ ਕਿਨਾਰੇ ਨੀਚੇ ਕਰੋ ਇਹਦਾ ਦੇਖੋ ਆਹ ਬਾਈ ਵਿਚਾਰਾ ਬੰਦਾ ਚੱਕਰਾਂ 'ਚ ਪਾਤਾ ਫੋਟੋਆਂ ਨਹੀਂ ਪਸੰਦ ਆ ਰਹੀਆਂ ਅਣੂ ਨੂੰ ਕਦੇ ਕਹਿੰਦੀ ਐਵੇਂ ਖਿੱਚੋ ਕਦੇ ਐਵੇਂ ਖਿੱਚੋ ਹੈ ਕੜੇ ਦੇ ਨਾਲ ਦੀ ਜੈਨੀ ਚਾਹੀਦੀ ਨਹੀਂ ਬਣਾ ਜੇ ਵੀ ਨਹੀਂ ਬਣਾਣਾ ਨਹੀਂ ਜੇ ਵੀ ਨਹੀਂ ਬਣਾਣਾ ਇਹ ਠੀਕ ਹੈ ਵੀ ਇਹ ਦੋ ਇਹ ਨਹੀਂ ਅੱਛਾ ਪੋ ਜੇ ਨਹੀਂ ਫਿਰ ਕੀ ਬਣਾਇਆ ਯਾਰ ਜੋ ਐਂਡ ਮੈਂ ਖਿੱਚੀ ਉਹ ਤੋ ਔਰ ਇਹ ক্লোਜ਼ ਅਪ ਇਹ ਠੀਕ ਹੈ ਔਰ ਇਹ ਲਾਸਟ ਮੇ ਜੋ ਉਠਾ ਹੋ ਗਿਆ ਦੋ ਹੀ ਆ ਗਏ ਵੀ ਨਿਸ਼ਾਂਤ ਗਾਰਡਨ ਚ ਬੜਾ ਸੋਹਣੇ ਨੇ ਗਾਰਡਨ ਇੱਥੇ 25 ਰੁਪਏ ਦੀ ਟਿਕਟ ਲੱਗੀ ਆ ਇੱਥੇ ਆਪਣੀ ਆਉਣ ਦੀ ਬਾਕੀ ਅੰਦਰ ਦੇਖਦੇ ਹਾਂ ਜੀ ਵਾਹ ਕਿਆ ਵਿਊ ਹੈ ਜੀ ਨਿਸ਼ਾਂਤ ਗਾਰਡਨ ਦਾ ਬੜਾ ਘੈਂਟ ਬਣਿਆ ਹੋਇਆ ਅਤੇ ਸਾਹਮਣੇ ਬਿਲਕੁਲ ਲੇਕ ਹੈ ਸਨਸੈੱਟ ਹੋਣ ਵਾਲਾ ਜੀ ਪਹੁੰਚ ਗਏ ਸ਼ਾਲੀਮਾਰ ਗਾਰਡਨ ਜਿਹੜਾ ਕਿ ਨਿਸ਼ਾਂਤ ਗਾਰਡਨ ਦੇ ਨਾਲ ਹੀ ਹੈ ਇਹ ਵੀ ਸੇਮ ਹੀ ਹੈ ਵੈਸੇ ਤਾਂ ਉਹਨੇ ਕੀ ਦਾ ਵੀ ਫਰਕ ਨਹੀਂ ਹੈਗਾ ਕਹਿੰਦੇ
चलो उरे टाइम स्पेंड कर लो गाइस। आता ना उरे आवाज़ा आउंदियां जी जिद्दां नमाज पढ़दे ने, तां वैसे तो चलो सारे धर्मां दी रिस्पैक्ट करनी चाहीदी है, तां बड़ियां सुरीलियां आवाज़ां लगदियां इह भावें सानूं समझ नहीं आउंदी, पर रब दा नौ है किसी भी तरीके दा होवे तां बहुत वधिया लगदा। ते इत्थों आ बर्फ वाले पहाड़ देखदे ने, ते थल्ले फुल बड़े घैंट लगदे आ।